साडे चैनल ते होर नवीआं ते ताज़ा न्यूज़ देखण लई साडे सच ते पैरा टीवी चैनल नूं सबसक्राइब करो अते इस दे नाल ही दित्ते गए बैल आइकन नूं दबाओ। धन्नवाद। प्राचीन शिव मंदिर कमेटी पातड़ा दी चोण सर्वसम्मति दे नाल हुई, पकवत्याल निका बणी प्रधान। प्राचीन शिव मंदिर कमेटी की प्रधान चोण करन दे लई इक विशेष मीटिंग मंदिर दे हाल दे विच होई, जिस दे विच प्रधानगी चोण दे लई सर्वसम्मति दे नाल समूह मैंबरां ने एकजुटता दा प्रगटावा करदिआं पिछले लंबे समय तो चले आ रहे प्रधान भगवत दयाल निखा नूं मुड़ तो मंदिर की सेवा करन दी जिम्मेवारी सौंपी गई। पिछले 8 साल तो सेवा करदे आ रहे भगवत दयाल निखा ने समूह मैंबरां दा धन्नवाद करदिआं कहा कि अपने पिछले कार्यकाल दौरान शिव मंदिर दे विच शहर वासियां दे सहयोग दे नाल इक शानदार एयर कंडीशन सेवावंत हाल अते लंगर हाल दा निर्माण कीता गया है, जिस दे विच शहर दे लोकां दे दुख सुख विच काम आउंदा है। ਉਤੇ ਹੀ ਸ਼ਿਵ ਭੋਲੇ ਦੇ ਨਵੇਂ ਮੰਦਿਰ ਦੀ ਉਸਾਰੀ ਦਾ ਕੰਮ ਵੀ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਨੂੰ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਪੂਰਾ ਕਰ ਲਿਆ ਜਾਵੇਗਾ। ਪਾਤੜਾ ਤੋਂ ਸਤਪਾਲ ਗਰਗ ਦੀ ਰਿਪੋਰਟ। ਪ੍ਰਾਚੀਨ ਸ਼ਿਵ ਮੰਦਿਰ ਕਮੇਟੀ ਜੋ ਕਿ 36 ਸਾਲ ਤੋਂ ਸੇਵਾ ਕਰ ਰਹੀ ਹੈ, ਜਿਸ ਦਾ ਕਿ ਮੈਂ ਪਿਛਲੇ 8 ਸਾਲ ਤੋਂ ਬਤੌਰ ਮੁੱਖ ਸੇਵਾਦਾਰ ਪ੍ਰਧਾਨ ਦੇ ਨਾਤੇ ਕੰਮ ਕਰ ਰਿਹਾ, ਜੋ ਕਿ ਪੂਰੀ ਸਾਡੀ ਸੰਸਥਾ ਦੇ ਜਿੰਨੇ ਵੀ ਮੈਂਬਰ ਸਾਹਿਬਾਨ ਨੇ, ਸੀਨੀਅਰ ਨੇ, ਮੇਰੇ ਤੋਂ ਵੀ ਕੁਝ ਜੂਨੀਅਰ ਨੇ, ਉਹਨਾਂ ਨੂੰ ਨਾਲ ਲੈ ਕੇ ਅਸੀਂ ਮੰਦਰ ਦੀ ਦਿਨ ਰਾਤ ਸੇਵਾ ਕਰ ਰਹੇ ਹਾਂ, ਕੰਮ ਕਰ ਰਹੇ ਹਾਂ। ਉਸ ਦੇ ਵਿੱਚ ਅਸੀਂ ਇੱਕ ਬਹੁਤ ਵੱਡਾ ਵਿਸ਼ਾਲ ਸਿਓਵੰਤੀ ਹਾਲ, ਏਅਰ ਕੰਡੀਸ਼ਨ ਉਹਦੇ ਲੰਗਰ ਹਾਲ ਬਣਾਇਆ ਹੋਇਆ, ਜਿਸ ਦੇ ਵਿੱਚ ਹਰ ਟਾਈਮ ਦੁੱਖ ਸੁੱਖ ਦੇ ਵਿੱਚ ਸਾਥ ਮਤਲਬ ਕਿ ਕੰਮ ਆਉਂਦਾ ਲੋਕਾਂ ਦੇ। ਕਾਫੀ ਸਮੇਂ ਤੋਂ ਚੋਣ ਨਹੀਂ ਹੋਈ ਸੀ ਮੰਦਰ ਦੀ, ਕਿਉਂਕਿ ਇਹ ਸੰਸਥਾ ਧਾਰਮਿਕ ਸੰਸਥਾਵਾਂ ਹੈ, ਇਹਦੇ 'ਚ ਕੋਈ ਚੋਣ ਵਾਲਾ ਜਾਂ ਪੋਲੀਟੀਕਲ ਇਸ਼ੂ ਨਹੀਂ ਹੁੰਦਾ। ਸੰਸਥਾ ਨੇ ਮੈਨੂੰ ਫਿਰ ਦੁਬਾਰਾ ਪ੍ਰਾਚੀਨ ਸ਼ਿਵ ਮੰਦਰ ਕਮੇਟੀ ਦਾ ਪ੍ਰਧਾਨ ਬਣਾਇਆ। ਇਸ ਤੋਂ ਇਲਾਵਾ ਮੇਰੇ ਨਾਲ ਸੰਸਥਾ ਦੇ ਸਰਪ੍ਰਸਤ ਮਦਨ ਲਾਲ ਜੀ ਗੋਇਲ, ਚੇਅਰਮੈਨ ਕੁਲਦੀਪ ਚੰਦ ਜੀ ਬਹਾਦਰ, ਸੈਕਟਰੀ ਸੁਰਿੰਦਰਪਾਲ ਜੀ, ਕੈਸ਼ੀਅਰ ਕੇਸ਼ ਕੁਮਾਰ ਜੀ, ਉਪ ਚੇਅਰਮੈਨ ਤਸੇਮ ਚੰਦ ਜੀ ਡਿਸਕੋ, ਗ੍ਰੈਂਡ ਸੈਕਟਰੀ ਵੀਰਪਾਨ ਸਿੰਗਲਾ ਜੀ, ਇਹ ਟੀਮ ਸਾਡੀ ਕੰਮ ਲਈ ਬਣਾਈ ਗਈ ਹੈ। ਅਤੇ ਉਸ ਤੋਂ ਸਿਵਾਏ ਸਾਰੇ ਹੀ ਮੈਂਬਰ ਸਾਹਿਬਾਨ ਉੱਥੇ ਹਾਜ਼ਰ ਸਨ। ਟੇਕ ਚੰਦ ਜੀ ਸਾਡੇ ਵਾਈਸ ਪ੍ਰਧਾਨ ਬਣੇ, ਨਵ ਨਿਯੁਕਤ ਨੇ, ਬਹੁਤ ਸੀਨੀਅਰ ਨੇ ਮੇਰੇ ਤੋਂ। ਅਤੇ ਇਸ ਤੋਂ ਇਲਾਵਾ ਹੋਰ ਮੈਂਬਰ ਸਾਹਿਬਾਨ ਵੀ ਸਾਰੇ ਉੱਥੇ ਹਾਜ਼ਰ ਸੀ, ਸਤਪਾਲ ਜੀ, ਰਾਜਕੁਮਾਰ ਰਾਜੀ ਜੀ, ਰਾਮਦਾਸ ਰਾਮਾ ਜੀ, ਆਪਣਾ ਸਾਰੇ ਮੈਂਬਰ ਉੱਥੇ ਹਾਜ਼ਰ ਸਨ, ਜਿਨ੍ਹਾਂ ਨੇ ਇੱਕਜੁੱਟਤਾ ਦਿਖਾ ਕੇ ਦੁਆਰਾ ਮੰਦਰ ਦਾ ਮੈਨੂੰ ਪ੍ਰਧਾਨ ਬਣਾਇਆ। ਮੈਂ ਇਹਨਾਂ ਦਾ ਸਭ ਤੋਂ ਪਹਿਲਾਂ ਇਹਨਾਂ ਦਾ ਅਤੇ ਸਮੂਹ ਸ਼ਹਿਰ ਨਿਵਾਸੀਆਂ ਦਾ ਦੁਆਰਾ ਮੁੱਖ ਸੇਵਾਦਾਰ ਬਣਾਉਣ 'ਤੇ ਬਹੁਤ ਬਹੁਤ ਧੰਨਵਾਦ ਕਰਦਾ। ਅਤੇ ਮੈਂ ਇਸ ਗੱਲ ਦੀ ਜ਼ਿੰਮੇਵਾਰੀ ਲੈਂਦਾ, ਪ੍ਰਣ ਕਰਦਾ ਕਿ ਪਹਿਲਾਂ ਵੀ ਜਦੋਂ ਦਾ ਮੈਨੂੰ ਜ਼ਿੰਮੇਵਾਰੀ ਸੰਭਾਈ ਹੈ, ਅਸੀਂ ਬਹੁਤ ਵੱਡਾ ਹਾਲ ਬਣਾਇਆ, ਧਰਮਸ਼ਾਲਾ ਬਣਾਈ ਹੈ, ਕਮਰੇ ਬਣਾਏ ਨੇ, ਲੰਗਰ ਹਾਲ ਬਣਾਇਆ, ਮੰਦਰ ਜੋ ਕਿ ਬਹੁਤ ਨੀਵਾਂ ਸੀ ਉਹਨੂੰ 12 ਫੁੱਟ ਉੱਚਾ ਚੁੱਕਿਆ ਸੀ ਮੰਦਰ ਨੂੰ ਭੋਲੇਨਾਥ ਦੀ ਕਿਰਪਾ ਦੇ ਸਦਕਾ। ਅਸੀਂ ਦੁਬਾਰਾ ਫਿਰ ਮੰਦਰ ਦਾ ਇੱਕ ਨਵ ਨਿਰਮਾਣ ਕਰਨ ਜਾ ਰਹੇ ਹਾਂ, ਕਿਉਂਕਿ ਪ੍ਰਾਚੀਨ ਮੰਦਰ ਹੋ ਚੁੱਕਿਆ, ਉਹਦੇ ਆਲੇ ਦੁਆਲੇ ਅਸੀਂ ਅੰਦਰਲਾ ਮੰਦਰ ਹੋਈ ਰਹੂਗਾ, ਇਹਦੇ ਆਲੇ ਦੁਆਲੇ ਵਿਸ਼ਾਲ ਭਵਿਆ ਮੰਦਰ ਬਣਾਉਣ ਜਾ ਰਹੇ ਹਾਂ, ਜਿਸ ਦਾ ਸ਼ਿਲਾਨਿਆਸ ਅਸੀਂ ਮਹਾਂਸ਼ਿਵਰਾਤਰੀ ਨੂੰ ਕੀਤਾ ਸੀ, ਅਤੇ ਉਸਾਰੀ ਦਾ ਪ੍ਰਾਰੰਭ ਅਸੀਂ ਬਹੁਤ ਜਲਦੀ ਥੋੜ੍ਹੇ ਦਿਨਾਂ ਵਿੱਚ ਹੀ ਆਹ ਸੀਜ਼ਨ ਤੋਂ ਬਾਅਦ ਸ਼ੁਰੂ ਕਰ ਰਹੇ ਹਾਂ, ਜਿਸ ਦੇ ਵਿੱਚ ਸ਼ਹਿਰ ਨਿਵਾਸੀਆਂ ਦੇ ਵੇਖਣ ਦੇ ਲਈ ਜਿਵੇਂ ਖਾਟੂ ਜੀ ਦਾ ਮੰਦਰ ਬਣਿਆ ਪਾਤਰਾ ਦੇ ਵਿੱਚ ਇੱਕ ਮਿਸਾਲ ਬਣੀ ਹੈ, ਇਸੇ ਤਰ੍ਹਾਂ ਅਸੀਂ ਪ੍ਰਾਚੀਨ ਸ਼ਿਵ ਮੰਦਰ ਨੂੰ ਵੀ ਇੱਕ ਪਾਤਰਾਂ ਦੀ ਨਾਮੀ ਸੰਸਥਾ, ਨਾਮੀ ਮੰਦਰ ਬਣਾਵਾਂਗੇ, ਤਾਂ ਕਿ ਬਾਹਰੋਂ ਲੋਕ ਜੋ ਵੀ ਰਿਸ਼ਤੇਦਾਰ ਹੋਰ ਆਣ ਆ ਕੇ ਇੱਥੇ ਪ੍ਰਭੂ ਚਰਨਾਂ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕਰਨ, ਇਹ ਸਾਡੀ ਇੱਛਾ। ਸ਼ਹਿਰ ਵਾਸੀਆਂ ਨੂੰ ਹਮੇਸ਼ਾ ਹੀ ਸਾਡੀ ਵੈਸੇ ਅਪੀਲ ਹੋ ਵੀ ਅਪੀਲ ਹੈ, ਪਰ ਦਾਨੀ ਸਾਡੇ ਜੋ ਕਿ ਪਹਿਲਾਂ ਜਿਵੇਂ 2.5 ਕਰੋੜ ਰੁਪਇਆ ਅਸੀਂ ਲਾਇਆ, ਸਭ ਲੋਕਾਂ ਦੇ ਸਹਿਯੋਗ ਨਾਲ ਲਾਇਆ। ਪ੍ਰਾਚੀਨ ਸ਼ਿਵ ਮੰਦਰ ਕਮੇਟੀ ਇੱਕੋ ਇੱਕ ਅਜਿਹੀ ਸੰਸਥਾ ਹੈ ਜੋ ਕਿ ਪਰਚੀ ਲੈ ਕੇ ਅੱਜ ਤੱਕ ਕਿਸੇ ਦੇ ਘਰ ਜਾਂ ਸ਼ੋਪ ਜਾਂ ਦੁਕਾਨ 'ਤੇ ਨਹੀਂ ਗਈ ਵੀ ਸਾਨੂੰ ਦਾਨ ਜ਼ਰੂਰ ਦਿਓ ਜੀ। ਇਹਦੇ ਇਹ ਪਾਤਰਾਂ ਦੇ ਵਿੱਚ ਦਾਨੀ ਸੱਜਣ ਨੇ, ਜਿਨ੍ਹਾਂ ਨੇ ਇੱਕ ਘਰ ਬੈਠੇ ਹੀ ਮੰਦਰ ਦੇ ਵਿੱਚ ਪਾ ਪਹੁੰਚ ਕਰਕੇ ਪਹਿਲਾਂ ਵੀ 2.5 ਕਰੋੜ ਰੁਪਇਆ ਇਕੱਠਾ ਕੀਤਾ, ਅਤੇ ਹੁਣ ਵੀ ਜਿਹੜਾ ਸਾਡਾ 1.25 ਕਰੋੜ ਰੁਪਏ ਦਾ ਘੱਟੋ ਘੱਟ ਪ੍ਰੋਜੈਕਟ ਹੈ, ਜਿਹਦੇ ਵਿੱਚ 25-30-35 ਲੱਖ ਰੁਪਇਆ ਮੇਰਾ ਖਿਆਲ ਸ਼ਾਇਦ ਸਾਡੇ ਕੋਲ ਪਹਿਲਾਂ ਅਸੀਂ ਲਿਖ ਚੁੱਕੇ ਹਾਂ ਲੋਕਾਂ ਦਾ, ਸੰਸਥਾ ਦੇ ਮੈਂਬਰਾਂ ਦਾ ਅਤੇ ਲੋਕਾਂ ਦਾ, ਜਿਹਦੇ ਵਿੱਚ ਵਿਸ਼ਾਲ ਵਿਸ਼ੇਸ਼ ਤੌਰ 'ਤੇ 5 ਲੱਖ ਰੁਪਏ ਦਾ ਯੋਗਦਾਨ ਬਾਬੂ ਕਰਮਚੰਦ ਜੀ ਵੱਲੋਂ ਸ਼ਿਲਾਨਿਆਸ ਕੀਤਾ ਜੀ, ਉਹਨਾਂ ਨੇ ਪਾਇਆ ਹੋਇਆ, ਉਹ ਸਾਰੇ ਪੈਸੇ ਸਾਡੇ ਉਸੇ ਤਰ੍ਹਾਂ ਇਕੱਠੇ ਅਸੀਂ ਜਦੋਂ ਵੀ ਸ਼ੁਰੂ ਕਰਾਂਗੇ ਉਸਾਰੀ ਦੇ ਲਾਵਾਂਗੇ। ਅਤੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਹੈ ਕਿ ਇਹ ਜੋ ਕੁੰਭ ਹੈਗਾ ਪ੍ਰਾਚੀਨ ਸ਼ਿਵ ਮੰਦਰ ਜੋ ਕਿ 300 ਸਾਲ ਪੁਰਾਣਾ ਮੰਦਰ ਹੈ ਪਾਤਰਾਂ ਦਾ, ਜਿੱਥੇ ਹਰ ਸੁੱਖ ਪੂਰੀ ਹੁੰਦੀ ਹੈ, ਅਸੀਂ ਤਾਂ ਮੰਗ ਕੇ ਦੇਖਿਆ ਸਾਰੀ ਸੰਸਥਾ ਜੋ ਕਿ 35-36 ਸਾਲ ਤੋਂ ਲੱਗੀ ਹੋਈ ਹੈ, ਸਭ ਦੇ ਘਰੇ ਭੋਲੇਨਾਥ ਨੇ ਰੰਗਲ ਮੰਗਲ ਕੀਤਾ ਹੋਇਆ। ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਹੋਰ ਵੀ ਬੇਨਤੀ ਕਰਾਂਗੇ ਕਿ ਇਸ ਕੁੰਭ ਦੇ ਵਿੱਚ ਜ਼ਰੂਰ ਥੋੜ੍ਹਾ ਬਹੁਤਾ ਯੋਗਦਾਨ ਪਾਇਓ ਅਤੇ ਭੋਲੇਨਾਥ ਦਾ ਆਸ਼ੀਰਵਾਦ ਪ੍ਰਾਪਤ ਕਰੋ, ਇਹੀ ਸਾਡੀ ਬੇਨਤੀ ਹੈ। ਸੋ ਮੈਂ ਦੁਬਾਰਾ ਫਿਰ ਪ੍ਰਾਚੀਨ ਸ਼ਿਵ ਮੰਦਰ ਕਮੇਟੀ ਦਾ ਮੁੱਖ ਸੇਵਾਦਾਰ ਬਣਾਉਣ 'ਤੇ
सारी प्राचीन शिव मंदिर कमेटी के मैंबर साहबान का अहदेदार साहबान का शहर निवासियों का इलाका निवासियों द्वारा फिर बहुत बहुत धन्यवाद करता दिल की गहराइया। ओम नमः शिवाय।